मैं रिपोर्टर स्नेहा धीर, सांझा पंजाब टीवी, अमृतसर। चलो पास जरूरी है, पास तो बगैर नहीं गल माननी। चलो पास मिला जरूरी है। यार माल बनो मूह दे, कुछ ना कुछ तो करो अपना। ना कि भाई तुम्हें पता है, तुम पता कि कैप्टन सरकार की सारी सरकार कह रही घर बैठो, ठीक है, मगर जे तभी तो पास है नहीं तद बाहर निकलो। पास एक बनवाओ ना, पास बनाओ, डीसी ने कह गया चल जाए पास बनाओ, मगर सोचो ना जो तुम घर जाते हो घरे चीज चंगी है, सू घर फिर दुनिया परिवार मैं मानता हूँ, मानता हूँ, बाकी अगर डीसी भी पास ना हो पर्ची हो जहाँ पर तो है मेरे पास है। तो इतना इतना तो सारी दुनिया है, एक तरह के सानू 17 दी विखा के क्या एक 12 दी विखा के जे ही आप देखो जे तेरे है मेरे पास ये है तो नहीं ना है ही नहीं दे है अभी देती हूं ना नहीं हैगी ये होएगी तो फिर सताए दसांगा ना कि हैगी है ਤੁਹਾਡੇ ਕੋਲ हां जी हां जी है मेरे पास वो होम शॉप पे मैं पार्क करके ला दूं मैं सामने से लाई हूं रतन सिंह चौंक पहुंचे अज आप देखते हैं देखो ट्रैफिक किन्नी है ASI ठीक है स्टाफ सारा लगा है उसका कि उन्होंने एक एक जाके पास पहुंचते पे कि डीसी लावा को पास है मगर इतने वाहन ही नहीं आ रहा मगर बेचारे रात दिन मेहनत करते पुलिस वाले लोगों भी यह कह रहे हैं कि अपने अपने पास दिखाओ मगर लोग रुकते नहीं है मगर रात दिन मेहनत करके बेचारे कोई कदर नहीं पैंती फिर लोग कहते हैं कि पुलिस वाले यह कहते हैं मगर उन्होंने चाहिए कि पुलिस वाले गल मनी मगर की करन बेचारे रात दिन मेहनत करके एक अपने को राशन भी मानते हैं एक लोगों का भला करते हैं रात दिन रोक के उन्होंने पूछते हैं कि तुम कितने जा रहे हो वो अगले करते हैं कि सबको दवाई लैन चले हैं मगर बहाने करते हैं दवाई लैन चलने दवाई ले मगर उन्होंने को पास नहीं होंगे मगर पुलिस वाले फिर भी रहम करके भेज देंगे मगर लोगों को यह समझ नहीं आती हूँ आप गल करा ASI ना तो की गल हैगी सर अज सर इतने देखो जिम्मे ड्यूटी कर रहे हो रात दिन ड्यूटी कर रहे हो इतने लोग आते हैं जिम्मे पास तो है नहीं जो दवाई से बहाना करके आते हैं वो बारे की कहना चाहते हो बहुत हरासमेंट कर रहे अच्छा
ਦੇਖੋ ਪਾਸਿੰਗ ਦਾ ਗਲਤੀ ਬੋਲੀ ਜਾਂਦੀ ਇੱਧਰ ਚੱਲੇ ਇੱਧਰ ਚੱਲੇ ਅਵਾਰਾ ਕਰਦੇ ਆ ਪਰ ਅਸੀਂ ਕੰਟਰੋਲ ਕਰ ਰਹੇ ਸੀ। ਹਾਂਜੀ ਜਿਵੇਂ ਤੁਸੀਂ ਡਿਊਟੀ ਕਰ ਰਹੇ ਹੋ ਰਾਤ ਦਿਨ ਡਿਊਟੀ ਕਰ ਰਹੇ ਹੋ ਜਿਵੇਂ ਲੋਕਾਂ ਨੂੰ ਸਮਝਾਉਂਦੇ ਪਏ ਹੋ ਲੋਕ ਨਹੀਂ ਸਮਝਦੇ ਲੋਕ ਇਹ ਕਹਿੰਦੇ ਸਾਡੇ ਕੋਲ ਜੀ ਆਹ ਪਾਸ ਹੈਗਾ ਕਿੰਨੀਆਂ ਦੇਖੋ ਕਿੰਨੇ ਮਾਣ ਲੱਗਦੇ ਆ ਕਿੰਨੇ ਡਿਊਟੀ ਤੁਹਾਡੀ ਕਿੰਨੀ ਸਖਤ ਆਈ ਹੈ ਅਤੇ ਸੀਪੀ ਸਾਹਿਬ ਵੀ ਤੁਹਾਡਾ ਅਤੇ ਕੋਈ ਧੰਨਵਾਦ ਕਰਨਾ ਚਾਹੀਦਾ ਅਤੇ ਤੁਸੀਂ ਐਡੀ ਵਧੀਆ ਡਿਊਟੀ ਕਰਦੇ ਪਏ ਹੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਆਪਣੀ ਡਿਊਟੀ ਕਰਨ ਵਾਲਾ ਕਰ ਰਹੇ ਹਾਂ ਅਸੀਂ ਸਾਡੇ ਕੋਲ ਸਾਫ਼ ਵੀ ਚਾਹੀਦਾ ਜੀ ਆਪਾਂ ਆਪਣੇ ਜਿਹੜਾ ਆਪਾਂ ਕੰਮ ਤੁਰਿਆ ਵਾ ਇਹਨੂੰ ਕੰਟਰੋਲ ਕਰੀਏ ਬਾਕੀ ਸਾਡਾ ਸਹਿਯੋਗ ਦੇਣੇ ਚੰਗੀ ਤਰ੍ਹਾਂ ਵਧੀਆ ਗੱਲ ਹੈ। ਡੀ ਸੀ ਸਾਹਿਬ ਨੇ ਇੱਕ ਗੱਲ ਕਹੀ ਸੀ ਕਹਿੰਦਾ ਜਿਹੜਾ ਖੱਪ ਪਾਉਂਦਾ ਜਾਂ ਨੋਲਾ ਪਾਉਂਦਾ ਜੋ ਪਾਸ ਜੇ ਖਾਂਦਾ ਉਹਦੀ ਗੱਡੀ ਤੁਸੀਂ ਬੋਨ ਵੀ ਕਰ ਸਕਦੇ ਹੋ ਪਰਚਾ ਵੀ ਕਰ ਸਕਦੇ ਹੋ ਬਿਲਕੁਲ ਅਧਿਆਪਕ 188 ਦਾ ਪਰਚਾ ਵੀ ਗੱਡੀ ਬੋਨ ਕਰ ਸਕਦੇ ਹੋ। ਇਹ 'ਚ ਕਿਹਦੀ ਹੁਣ ਰਿਆਇਤ ਕੋਈ ਕੀਤੀ ਗਈ ਹੈ ਜਿਹੜੇ ਹੁਣ ਜਿਹੜੇ ਬੰਦੇ ਹੁਣ ਦੇਖੋ ਕਈ ਉਂਝ ਨੇ ਉਹ ਪਾਸ ਨਹੀਂ ਕੁਛ ਨਹੀਂ ਦਵਾਈਆਂ ਨਹੀਂ ਲੈ ਕੇ ਪਰਚੀਆਂ ਲੱਗ ਇਹਦਾ ਕਰ ਸਕਦੇ ਹਾਂ ਕਿਸੇ ਦਾ ਹੈਲਪ ਹੀ ਨਹੀਂ ਕਰ ਸਕਦੇ ਕਿਸੇ ਦਾ ਬੱਚਾ ਬਿਮਾਰ ਹੈ ਕੋਈ ਵੱਡਾ ਬਿਰਜਾ ਬਿਮਾਰ ਆ ਅਸੀਂ ਉਹਨੂੰ ਹਸਪਤਾਲ ਵਾਸਤੇ ਜਾਣ ਵਾਸਤੇ ਧਿਆਨ ਦੇ ਸਕਦੇ ਹਾਂ ਬਾਕੀ ਜਿਹੜੇ ਅਵਾਰਾ ਘੁੰਮ ਰਹੇ ਉਹਨਾਂ ਨੂੰ ਨਹੀਂ ਆਉਂਦੀ। ਅੱਜ ਤਾਂ ਸਰ ਲੋਕਾਂ ਤੋਂ ਕੀ ਮੈਸੇਜ ਹੋ ਗਏ ਸਰ ਅੱਜ ਤਾਂ ਲੋਕਾਂ ਨੂੰ ਕੀ ਮੈਸੇਜ ਹੋ ਗਏ ਜੇ ਆਪਾਂ ਆਪਣੇ ਘਰਾਂ 'ਚ ਰਹੋ ਮਜਦਾ ਫਿਰ ਜਿਹੜੀ ਵਧੀਆ ਕੰਟਰੋਲ ਹੋ ਜਾਏਗਾ ਆਪਾਂ ਜਲਦੀ ਤੋਂ ਜਲਦੀ ਠੀਕ ਹੈ ਜੀ ਕਹਾਂਗੇ ਠੀਕ ਹੈ ਜੀ ਡੀਸੀ ਦਾ ਪਾਸ ਬਣਾਉਣਾ ਕਿ ਸਾਡੀ ਉਸ ਨੂੰ ਠੀਕ ਨਹੀਂ ਗੀ ਠੀਕ ਨਾ ਹੁਣ ਜੇ ਬਾਹਰ ਜਾਂਦੇ ਹੋ ਕੋਈ ਵੀ ਬੰਦਾ ਇਹੋ ਜਿਹਾ ਮਿਲ ਜਾਂਦਾ ਕੋਈ ਪੈਰ ਪੈ ਸਕਦਾ ਵੀ ਦੇਖੋ ਆਹ ਸੋਚੋ ਸਰਕਾਰ ਵੀ ਕਹਿਣ ਦੀ ਡੀਵੀਆਂ ਚੀਜ਼ ਬੋਲਦੀ ਪਈ ਹੈ ਕਿ ਘਰ ਬੈਠੋ ਭਾਅ ਜੀ ਜੇ ਵਾਇਰਸ ਖਤਮ ਹੋ ਗਿਆ ਘਰ ਪਰਿਵਾਰ ਨੂੰ ਵੀ ਕਰੋਗੇ ਤੁਹਾਨੂੰ ਪਤਾ ਨਾ ਕਿ ਕਿੰਨਾ ਹੋਇਆ ਖੈਰ ਹਾਂਜੀ ਬੋਲੋ ਭਾਅ ਜੀ ਉਹ ਸਾਰੇ ਜਾਣਦੇ ਜਾਂ ਪਾਸ ਬਣਾਉਣਾ ਡੀਸੀ ਦਫ਼ਤਰ ਪਾਸ ਬਣਾਓ ਪਾਸ ਤੋਂ ਬਿਨਾਂ ਬਾਹਰ ਜਾਂਦੇ ਪਏ ਜੇ ਕਰਫਿਊ ਲੱਗਾ ਮੈਂ ਲੋਕ ਘਰ ਬਹਿੰਦੇ ਨਾ ਮੰਨਿਆ ਕਿ ਮੁਸ਼ਕਿਲ ਹੈਗੀ ਮੰਨਿਆ ਮੁਸ਼ਕਿਲ ਹੈਗੀ ਮਗਰ ਦਵਾਈ ਹਰ ਕੋਈ ਕਹਿੰਦਾ ਦਵਾਈ ਲੈ ਕੇ ਆਇਆ ਕਿ ਤੁਹਾਨੂੰ ਤੁਹਾਡਾ ਵੀ ਕੋਈ ਬੰਦਾ ਵੀ ਉਹ ਜਿਹਾ ਮਿਲ ਜਾਂਦਾ ਮਾਨਾ ਨੰਗਲ ਲੈ ਕੇ ਆਇਓ ਤੁਹਾਨੂੰ ਪਤਾ ਵਾਇਰਸ ਫੈਲਿਆ ਲੋਕਾਂ ਨੇ ਘਰ ਘਰ ਬੈਠੋ ਤੁਸੀਂ ਫਿਰ ਵੀ ਆਪਣੀ ਸਰੀਰ ਨਾਲ ਕਿਹੜੀ ਚੀਜ਼ ਚੰਗੀ ਫਿਲਮ ਦੱਸੋ ਕੋਈ ਚੀਜ਼ ਹੈਗੀ ਚੰਗੀ ਕੋਈ ਚੀਜ਼ ਚੰਗੀ ਹੈਗੀ ਕਿ ਤੁਹਾਨੂੰ ਕੁਛ ਹੋਏਗਾ ਘਰ ਦਿਨ ਕਰੋਗੇ ਉਹ ਨਹੀਂ ਪਤਾ ਹੈਗਾ ਬਿਮਾਰੀ ਵੀ ਘਰ ਲੈ ਕੇ ਜਾ ਰਹੇ ਹੋ ਹਾਂਜੀ ਭਾਅ ਜੀ ਕੀ ਤੁਹਾਡਾ ਨਾਂ ਕੀ ਤੁਹਾਨੂੰ ਦੱਸੋ ਜੀ ਹਾਂਜੀ ਉੱਚੀ ਬੋਲੇ ਯਾਰ ਮੈਂ ਬੋਲਾਂ ਗੋਪੀ ਵੀ ਤੁਹਾਨੂੰ ਪਤਾ ਵੀ ਹੈਗਾ ਕਿ ਵਾਇਰਸ ਫੈਲਿਆ ਹੋਇਆ ਤੁਹਾਨੂੰ ਕਹਿ ਰਿਹਾ ਲੋਕ ਡੋਕ ਹੈ ਕਿ ਫਿਰ ਹੀ ਬਾਹਰ ਨਿਕਲਿਓ ਬੋਲੋ ਲੰਗਰ ਲੈਣ ਗਏ ਜੀ ਪਾਸ ਬਣਾਇਆ ਜੀ ਫਿਰ ਜੇ ਪਰਚਾ ਕਰ ਦੇਣ ਇੱਧਰ ਆਓ ਜੀ ਹੈਲੋ ਤੁਹਾਨੂੰ ਪਰਚਾ ਕਰਨਾ ਜਿੰਮੇਵਾਰੀ ਹੈਗੀ ਤੁਹਾਡੀ ਗਰੀਬ ਬੰਦੇ ਮੈਂ ਨਹੀਂ ਸਾਨੂੰ ਲੰਗਰ ਨਹੀਂ ਰਾਸ਼ਨ ਪਹੁੰਚਦਾ ਲੰਗਰ।